ਪੰਜਾਬ ਵਿੱਚ ਈਟੀਟੀ ਜਾਂ ਡੀਐਲਐਡ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਜਿਹੜੇ ਵਿਦਿਆਰਥੀ ਗ੍ਰੈਜੂਏਸ਼ਨ ਕਰਕੇ ਪਹਿਲਾਂ ਬੇਸ਼ੱਕ ਇਹ ਪਲੱਸ 2 ਐਲੀਜੀਬਿਲਟੀ ਹੁੰਦੀ ਸੀ ਇਵਦ ਕੇ ਗ੍ਰੈਜੂਏਸ਼ਨ ਹੋ ਚੁੱਕੀ ਹੈ ਉਹ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਅਧਿਆਪਕ ਲੱਗਣ ਲਈ ਯੋਗ ਬਣਨਾ ਚਾਹੁੰਦੇ ਹਨ ਪ੍ਰੋਫੈਸ਼ਨਲ ਡਿਗਰੀ ਉਹਨਾਂ ਨੂੰ ਕਿਹੜੀ ਕਰਨੀ ਹੁੰਦੀ ਹੈ ਡੀਐਲਐਡ ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਬੀਐਡ ਨੂੰ 6th ਤੋਂ 10th ਔਰ ਡੀਐਲਐਡ ਨੂੰ 1st ਟੂ 5th ਤੱਕ ਲਈ ਅਲੱਗ ਅਲੱਗ ਐਲੀਜੀਬਲ ਕਰਾਰ ਦੇ ਦਿੱਤਾ ਗਿਆ ਹੈ ਇਸ ਪਰ ਦਾ ਮਾਮਲਾ ਹਜੇ ਚੱਲ ਰਿਹਾ ਹੈ ਪਰ ਫਿਰ ਵੀ ਜਿਹੜੀ ਐਡਮਿਸ਼ਨ ਹੈ ਇਸ ਦਾ ਰੁਝਾਨ ਜ਼ਿਆਦਾ ਹੈ ਇੱਕ ਵੀਡੀਓ ਮੈਂ ਆਲਰੇਡੀ ਪਾਈ ਸੀ ਬੀਐਡ ਤੇ ਡੀਐਲਐਡ ਵਿੱਚੋਂ ਕਿਸ ਨੂੰ ਚੂਜ਼ ਕਰਨਾ ਚਾਹੀਦਾ ਹੈ ਉਸ ਦਾ ਲਿੰਕ ਨੀਚੇ ਦਿੱਤਾ ਗਿਆ ਹੋ ਉਹ ਨਾਲ ਦੇਖ ਸਕਦੇ ਹੋ ਡਾਇਰੈਕਟਰ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਅੰਗਰੇਜ਼ੀ ਵਿੱਚ ਇਹਨੂੰ NCERT ਅਸੀਂ ਨੈਸ਼ਨਲ ਲੈਵਲ ਤੇ ਪੜ੍ਹਦੇ ਹਾਂ ਉਸ ਦੀ ਸਟੇਟ ਲੈਵਲ ਤੇ ਬਾਡੀ ਹੁੰਦੀ ਹੈ SCERT ਪੰਜਾਬ ਉਸ ਵੱਲੋਂ ਨੋਟਿਸ ਹੈ ਉਹਨਾਂ ਨੇ ਹੀ ਇਹ ਐਡਮਿਸ਼ਨ ਕੰਡਕਟ ਪ੍ਰੋਸੀਜਰ ਸਾਰਾ ਕੰਡਕਟ ਕਰਨਾ ਹੁੰਦਾ ਹੈ ਜਿਹੜੇ ਚੇਂਜ ਆਏ ਹੈ ਨੋਟੀਫਿਕੇਸ਼ਨ ਆਲਰੇਡੀ ਕਾਫੀ ਦੇਰ ਦੀ ਆ ਚੁੱਕੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ DLED ਸੈਸ਼ਨ 2023-25 ਦੇ ਦਾਖਲੇ ਲਈ ਸਾਂਝੀ ਪ੍ਰਵੇਸ਼ ਪ੍ਰੀਖਿਆ ਕਰਵਾਈ ਜਾਏਗੀ ਹੁਣ ਪਹਿਲੀ ਇਨਫੋਰਮੇਸ਼ਨ ਕੀ ਹੈ ਕਿ ਪਹਿਲਾਂ ਐਂਟਰੈਂਸ ਟੈਸਟ ਨਹੀਂ ਸੀ ਹੁੰਦਾ ਪ੍ਰਵੇਸ਼ ਪ੍ਰੀਖਿਆ ਕਰਵਾਈ ਜਾਏਗੀ ਐਂਟਰੈਂਸ ਟੈਸਟ ਹੋਏਗਾ ਉਸੇ ਤਰ੍ਹਾਂ ਜਿਸ ਤਰ੍ਹਾਂ ਬੀਐਡ ਦਾ ਹੋ ਰਿਹਾ ਹੈ ਲੇਕਿਨ ਇਸ ਦਾ ਸਟਰਕਚਰ ਥੋੜ੍ਹਾ ਇਸ ਵਿੱਚ ਸਬਜੈਕਟ ਜ਼ਿਆਦਾ ਹੋਣਗੇ ਲਗਭਗ ਸਾਰੇ ਸਕੂਲ ਸਬਜੈਕਟ ਇਸ ਦੇ ਵਿੱਚ ਸ਼ਾਮਲ ਹੁੰਦੇ ਨੇ ਬੀਐਡ ਵਿੱਚ 5 ਪਾਰਟ ਹੁੰਦੇ ਨੇ ਲੇਕਿਨ ਇਸ ਵਿੱਚ ਜ਼ਿਆਦਾ ਪਾਰਟ ਹੋਣਗੇ ਵਿਭਾਗ ਵੱਲੋਂ ਡੀਐਲਐਡ ਸੈਸ਼ਨ 2023-25 ਦੇ ਦਾਖਲੇ ਦੀ ਵਿਦਿਅਕ ਯੋਗਤਾ ਵਿੱਚ 10+2 ਤੋਂ ਵਧਾ ਕੇ ਗ੍ਰੈਜੂਏਸ਼ਨ ਕਰ ਦਿੱਤੀ ਗਈ ਸੀ ਹੈ ਨਾ ਆਲਰੇਡੀ ਹੋਈ ਹੋਈ ਹੈ ਹੁਣ ਗ੍ਰੈਜੂਏਸ਼ਨ ਜਿਸ ਨੇ ਕੀਤੀ ਹੈ ਉਹ ਬੀਐਡ ਜਾਂ ਡੀਐਲਐਡ ਸੌਰੀ ਈਟੀਟੀ ਜਾਂ ਡੀਐਲਐਡ ਕਰ ਸਕਦਾ ਹੈ ਜਿਸ ਬਾਰੇ ਪਹਿਲਾਂ ਮਿਤੀ 4/10/2022 ਨੂੰ ਵਿਭਾਗ ਵੱਲੋਂ ਜਾਰੀ ਨੋਟਿਸ ਰਾਹੀਂ ਸੂਚਿਤ ਕਰ ਦਿੱਤਾ ਗਿਆ ਸੀ ਇਸ ਪ੍ਰੀਖਿਆ ਵਿੱਚ ਪੁੱਛੇ ਜਾਣ ਵਾਲੇ ਵਿਸ਼ਾਵਾਰ ਪ੍ਰਸ਼ਨਾਂ ਦੇ ਪੱਧਰ 10ਵੀਂ ਜਮਾਤ ਤੱਕ ਦਾ ਜੋ ਐਂਟਰੈਂਸ ਟੈਸਟ ਹੋਏਗਾ 10th ਲੈਵਲ ਦਾ ਹੋਏਗਾ ਪ੍ਰਵੇਸ਼ ਪ੍ਰੀਖਿਆ ਓਬਜੈਕਟਿਵ ਟਾਈਪ ਹੋਏਗੀ ਜਿਵੇਂ ਬੀਐਡ ਦੀ ਹੁੰਦੀ ਹੈ ਇੱਕ ਆਪਸ਼ਨ ਸੌਰੀ ਇਸ ਟਾਈਮ ਪੁੱਛੀ ਹੁੰਦੀ ਹੈ ਕੁਐਸਚਨ ਉਸਦੇ 4 ਆਪਸ਼ਨ ਹੁੰਦੇ ਹਨ ਉਹ 4 ਵਿੱਚੋਂ ਬੈਸਟ ਆਨਸਰ ਚੂਜ਼ ਕਰਨਾ ਹੈ ਜੇ ਰਾਈਟ ਆਨਸਰ ਚੂਜ਼ ਕਰ ਲਿਆ ਤਾਂ 1 ਮਾਰਕ ਤੁਹਾਨੂੰ ਮਿਲੇਗਾ ਟੋਟਲ 150 ਮਾਰਕਸ ਦੀ ਇਹ ਜਿਹੜੀ ਹੈ ਹੋਏਗੀ ਪ੍ਰਵੇਸ਼ ਪ੍ਰੀਖਿਆ ਇਸ ਵਿੱਚ ਕੁੱਲ 150 ਮਲਟੀਪਲ ਚੋਇਸ ਟਾਈਪ ਕੁਐਸਚਨ ਹੋਣਗੇ ਅਤੇ ਇਸ ਪ੍ਰੀਖਿਆ ਦਾ ਸਮਾਂ 3 ਘੰਟੇ ਹੋਏਗਾ ਬੀਐਡ ਨਾਲੋਂ ਵੱਧ ਸਮਾਂ ਦਿੱਤਾ ਜਾ ਰਿਹਾ ਹੈ ਸੋ 3 ਘੰਟੇ ਦਾ ਹੋਏਗਾ ਇਸ ਪ੍ਰੀਖਿਆ ਦਾ ਸਿਲੇਬਸ ਤੇ ਸੈਂਪਲ ਪ੍ਰਸ਼ਨ ਪੱਤਰ ਚਾਹਵਾਨ ਉਮੀਦਵਾਰ ਜਾਣਕਾਰੀ SCSA ਪੰਜਾਬ ਦੀ ਵੈਬਸਾਈਟ ਇਸ ਨੂੰ ਵੱਡਾ ਕਰਕੇ ਇੱਥੇ ਦਿਖਾ ਦਾਂਗਾ ਨੀਚੇ ਲਿੰਕ ਦੇ ਦਾਂਗਾ www.ssapunjab.org ਤੇ ਅਪਲੋਡ ਕਰ ਦਿੱਤੇ ਗਏ ਹਨ ਉਮੀਦਵਾਰ ਇਸ ਵੈਬਸਾਈਟ ਤੇ ਜਾ ਕੇ ਸਿਲੇਬਸ ਦੇ ਸੈਂਪਲ ਪ੍ਰਸ਼ਨ ਪੱਤਰ ਡਾਊਨਲੋਡ ਕਰ ਸਕਦੇ ਹਨ ਇਹ ਪ੍ਰੀਖਿਆ ਜੁਲਾਈ ਮਹੀਨੇ ਦੇ ਅਖੀਰਲੇ ਹਫ਼ਤੇ ਕਰਵਾਈ ਜਾਏਗੀ ਯਾਦ ਰਹੇ ਜੁਲਾਈ ਮਹੀਨੇ ਦੇ ਅਖੀਰਲੇ ਹਫ਼ਤੇ ਕਰਵਾਈ ਜਾਏਗੀ ਕੀ ਚੱਲ ਰਿਹਾ ਹੈ ਸਪਤੰਬਰ ਸਟਾਰਟ ਹੋ ਗਿਆ ਹੈ ਵੈਰੀ ਗੁੱਡ ਅਤੇ ਅਖੀਰਲੇ ਹਫ਼ਤੇ ਕਰਵਾਈ ਜਾਏਗੀ ਇਸ ਉਮੀਦਵਾਰਾਂ ਦੀ ਵੈਬਸਾਈਟ ਨੂੰ ਨਿਯਮਿਤ ਰੂਪ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਸੋ ਪ੍ਰੋਬੇਬਿਲਿਟੀ ਕੀ ਹੈ ਕਿ 9-10 ਸਤੰਬਰ ਦੇ ਕੋਲ ਇਹ ਫਾਰਮ ਆਉਣਗੇ 2-3 ਹਫ਼ਤੇ ਤੋਂ ਵੱਧ ਇਹ ਟਾਈਮ ਫਾਰਮ ਫਿਲ ਕਰਨ ਨੂੰ ਨਹੀਂ ਮਿਲੇਗਾ ਅਕਤੂਬਰ ਵਿੱਚ ਕਾਉਂਸਲਿੰਗ ਹੋ ਜਾਏਗਾ ਪ੍ਰੋਸੀਜਰ 2 ਸ਼ਿਫਟਾਂ ਵਿੱਚ ਕਾਉਂਸਲਿੰਗ ਪ੍ਰੋਸੀਜਰ ਹੋਏਗਾ ਸੋ ਨੋਰਮਲੀ ਇਹ ਜਾਣਕਾਰੀ ਹੈ ਜਿਹੜੀ ਨਵੀਂ ਹੈ ETT ਦੇ ਬਾਰੇ ਵਿੱਚ ਇਸ ਤੋਂ ਇਲਾਵਾ ਕੁਝ ਹੋਰ ਜਾਣਕਾਰੀਆਂ ਜਿਹੜੀਆਂ ਹਨ ETT ਲਈ ਫੀਸ ਕਿੰਨੀ ਹੋਏਗੀ ਨੋਰਮਲੀ ਕਿਉਂਕਿ ਸਾਡਾ ਸਿਸਟਮ ਇਸ ਤਰ੍ਹਾਂ ਦਾ ਹੈ ਕਿ ਅਸੀਂ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾ ਲੈਂਦੇ ਹਾਂ ਵਗੈਰਾ ਵਗੈਰਾ ਹਜੇ ਫਾਰਮਲ ਪ੍ਰੋਸੀਜਰ ਕੋਈ ਸ਼ੁਰੂ ਨਹੀਂ ਹੋਇਆ ਲੇਕਿਨ ਹਾਂ ਜਿਹੜੇ ਮੇਰੇ ਕੁਛ ਇੱਕ ਅਜ਼ੀਜ਼ ਨੇ ਉਹ ETT ਕਰਵਾਉਂਦੇ ਨੇ ਕਾਲਜਿਸ ਵਿੱਚ ਮੇਰੇ ਸਟੂਡੈਂਟਸ ਨੇ ਹੈ ਨਾ PhD ਵਗੈਰਾ ਦੇ ਨੇ ਉਹਨਾਂ ਤੋਂ ਜਾਣਕਾਰੀ ਜਿਹੜੀ ਲਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਫੀਸ ਨੋਰਮਲੀ ਜਿਹੜੀ ਉਹਨਾਂ ਨੇ ਦੱਸੀ ਹੈ ਕਿ ਕਹਿੰਦੇ ਸਾਡੇ ਕਾਲਜ ਵਿੱਚ 80,000 2 ਸਾਲ ਦੀ ਲੱਗ ਜਾਂਦੀ ਹੈ ਓਕੇ ਉਹਨਾਂ ਨੇ ਦੱਸੀ ਹੈ ਇਸ ਨੂੰ ਜਨਰਲਾਈਜ਼ ਨਹੀਂ ਕਰਨਾ ਵੇਰੀ ਕਰਦੀ ਹੈ ਦੂਸਰਾ ਇੱਕ ਏਜੰਟ ਸਿਸਟਮ ਹੁੰਦਾ ਹੈ ਜੋ ਕਿ ਮਾਲਵੇ ਦੇ ਵਿਦਿਆਰਥੀਆਂ ਲਈ ਸਪੈਸ਼ਲੀ ਰਾਖਵਾਕਰਨ ਹੈ
क्योंकि वो विद्यार्थी जड़े है वधेरे करके अपना फॉर्म फिल नहीं कर सकते है ना, अपने आप नूं अपाहज समझते हैं कि असी फॉर्म नहीं फिल कर सकते, एग्जामीनेशन फॉर्म असी कॉलेज विच जाके नहीं पुछ सकते। जेकर वो अजिहा कर लेंदे हन सीख लेंदे हन तो वो अपना किन्ने पैसे बचा सकते हैं। ये मैनू उस विद्यार्थी ने मेरे ने दस्या जो एक्सपीरियंस इन्ने सालों तो कर रहे हैं, कहिंदे उन्हां विद्यार्थियों तो 150,000 रुपया लिया जाता है और कॉलेज नूं उसकी एडमिशन कर ली जाती है और कॉलेज नूं 80,000 दिता जाता है। तुसीं देखो एक एजेंट सिर्फ इसका ही 70,000 खाधा जा रहा है, जबकि ये कोई भी लीगल सिस्टम नहीं है। कोई 1,20,000 ले सकता, 30,000 ले सकता, 40,000 ले सकता है, लेकिन ये मैं कोई इलाका नहीं दस रहा, कोई एजेंट नहीं दस रहा, लेकिन ये प्रचलित है, सारे इंडिया च प्रचलित है, इत्थे नहीं है। ये बीमारी थोड़ी उधर ले पासे उत्थे ज़्यादा है जिथे असीं अपने आप नूं ज़्यादा अपाहज समझते हाँ। काउंसलिंग जे विद्यार्थी जे असी फॉर्म नहीं फिल कर सकते, नहीं कर सकते, तो ये किदा कह सकते हाँ कि असी अध्यापक अच्छे बनांगे। सो मेरे ख्याल नाल तुहानू अपने फॉर्म आप फिल करने चाहिए हैं। जे हक हलाल की कमाई है तो सही फीस जिहड़ी है, हो सकता है ये भी सही फीस ना हो, तो मैं जो कॉलेज चो जानकारी मिली है हाँ जो ऑफिशियल जानकारी होगी वो भी सांझी करांगा। सो मतलब ये एग्जाम फीस बहुत ज़्यादा घट होंदी है, इसलिए वो टोटल दस देंदे हैं। बी एड एग्जाम फीस 15,000-14,000 के करीब होंदी है, दैट इज़ वाई उन्होंने अलग तो दसिया जाता है। सो ये मतलब अप्रोच है, पैसे लिए वक्री अप्रोच है। काउंसलिंग 7 अक्तूबर होने की संभावना है, SCERT ने कंडक्ट करना है, इसको चंडीगढ़ ने गवर्नमेंट के प्राइवेट जोड़े इंस्टीट्यूट्स ने पार्ट करे, गवर्नमेंट डाइट्स आ जाता है। ओके सीट्स किनिया है अजे तक मेरे को इनफॉर्मेशन नहीं है। क्लासेस स्टार्ट होने की अक्तूबर या अक्तूबर एंड तो बाद स्टार्ट हो सकती हैं। सो एक केस भी कहते चल रहा है कि ग्रेजुएशन ये बारे मैंने कोई जानकारी नहीं है, सिर्फ जिनी जानकारी सी क्योंकि बार बार पूछा जा रहा है, जो मेरे को जानकारी सी वो सिर्फ सांझी कर रहा हाँ कि प्लस टू दोबारा तो की जाए, शायद एक केस चल रहा है उस बारे मैं जानकारी मिलेगी तो मैं तुम्हें अपडेट कर देंगा। अच्छा जॉब स्कोप ETT वर्सेस BEd का की है, वो वीडियो डिटेल देख लो, वो दस्या गया है कि पिछले सालों में कितनी पोस्टा निकलदिया रही हैं, कितने विद्यार्थी हैं जिहड़े टैट किन्ने क्लीयर कर चुके हैं, क्योंकि टैट क्लीयर करना पैना है। बहुत घट विद्यार्थी ने, लगभग 9-10,000 के करीब जिन्हों का ए क्लीयर है, और पोस्टा भी काफ़ी निकल गई, एडजस्ट भी हो चुकी है। टैट 2 जिहड़ा है वो BEd वाले होएगा, हजे तक ये चल रहा है, चेंज अगे हो गया तो गल वक्री है। एक होर नवा कि हरियाणा ने ETT शायद बंद की हुई है, मैं जो इंटरव्यू के जरिए इनफॉर्मेशन मिली है वो दस रहा हाँ, और जॉब्स जिहड़ियां ने उन्होंने दसिया कि जॉब ज़्यादा पंजाब विच हुंदियां हन, इसलिए हरियाणा के विद्यार्थी जिहड़े ने ओ पंजाब विच शिफ्ट करते हैं, अप्लाई करते हैं, और DLED जां DLED दे बेस ते जिहड़ी जॉब है उहदे लई इधर आते हैं गुआंढी राजा, इहदे नाल कंपीटीशन थोड़ा जिहा वध जांदा है। सो तुसीं जे सुस्ती पा के रखोगे, जानकारी नहीं लोगे, तो नैचुरली फायदा उठाने वाले हर वक्त तुहाडे नाल तुहाडे सामने होणगे। ETT दी इस तों इलावा होर कोई जानकारी मिलेगी अपलोड कर देंगा। तुहाडा कोई क्वेश्चन होवे तां ETT बारे इसे ही वीडियो के थले कमेंट करो, ओके फिर उसका उत्तर देवांगा, की जानकारी चाहिए है वो लैके दे दांगा। सो नीचे लिंक दिता गया होएगा BEd ते ETT चो की कर प्रैफर करना चाहिए है, वो एक बार देख सकते हो जेकर क्यूरियोसिटी है, जे नहीं है। एक होर गल है जिहड़ी इंपॉर्टेंट है कि जिहड़ा पेपर आना है ETT दा एंट्रेंस टेस्ट दा, क्योंकि पहली बार आना है, इन्नी देर तो पेपर नहीं आया, उस दियां डिवीजन्स ने 2023 दियां जो सैंपल पेपर दिता होया है, वो पेपर जो है अगली वीडियो च वक्रे तौर पर डिस्कस कर लांगा। इत्थे सिर्फ उसकी स्ट्रक्चर की होएगी, तैयारी तुसी की करनी है उसनों ध्यान में रखते हाँ। GK दे क्वेश्चन आएंगे 10th तक दे GK दे, ओके मैंटल एबिलिटी दे क्वेश्चन आएंगे, ओके MCQ उस तरह, टीचिंग पोटेंशियल पार्ट हमेशा ही रहेगा जिथे टीचिंग है, लैंग्वेजेस तिन्ने ही आनगियां, पंजाबी भी, हिंदी भी, इंग्लिश भी, ओके फिर जिहड़ियां साइंसिज है ए मैथ्स, SST सोशल साइंस और नैचुरल साइंस। सो ये किन्ने, 1, 2, 3, 4, 5, 6, 7, 8, 9 पार्ट बनते हैं, इसनों 150 विच डिवाइड कर लो, हाँ लगभग किन्ने क्वेश्चन एक पार्ट नूं बनते हैं। सैंपल पेपर भी डिस्कस करांगे, उस तो बाद प्रैक्टिस पेपर भी पा दांगा है ना। ऑलरेडी वीडियोज़ जिहड़ियां BEd दे टीचिंग पोटेंशियल दियां GK दियां वीडियो जिहड़ियां ऑलरेडी BEd दियां पाइया हुई हैं उही चलणगियां, मेंटल एबिलिटी दियां उही चलणगियां, टीचिंग पोटेंशियल दियां उही चलणगियां,
ਸੋ ਇਹ ਤਿੰਨ ਪਾਰਟ ਜਿਹੜੇ ਨੇ ਮੇਜਰ ਆਲਰੇਡੀ ਵੀਡੀਓਜ਼ ਪਈਆਂ ਹੋਈਆਂ ਹਨ ਇਸ ਨੂੰ ਜਿਹੜੇ ਵਿਦਿਆਰਥੀ ਦੇਖਣਾ ਚਾਹੁੰਦੇ ਨੇ ਤਿਆਰੀ ਕਰਨ ਲਈ ਉਹ ਦੇਖ ਸਕਦੇ ਨੇ ਉਹਨਾਂ ਦੇ ਲਿੰਕ ਮੈਂ ਨੀਚੇ ਦੇ ਦਿਆਂਗਾ ਥੈਂਕ ਯੂ